ਯਕੀਨ ਹੀ ਵੇ ਨਬੀ ਪਾਕ ਦੇ ਫਰਮਾਨ ਦਾ ਵੇ ਬੋਲੋ ਯਾਰ ਅੱਲਾ ਦੇ ਪਾਕ ਪੈਗੰਬਰ ਜਨਾਬ ਮੁਹੰਮਦ ਕਰੀਮ ਅਲੈ ਸਲਾਮ ਨੇ ਫਰਮਾਇਆ ਸੁਭਾਨ ਅੱਲਾ ਚਲੋ ਇਹ ਵੀ ਠੀਕ ਹੈ ਜਿਹੜਾ ਬੰਦਾ ਪੈਸੇ ਆ ਕੇ ਦੇਵੇ ਸਿਰ ਦੇ ਉੱਤੋਂ ਘੋਲੇ ਵਤਾਵੇ ਇਹ ਤਰੀਕਾ ਸਹੀ ਨਹੀਂ ਜਾਂ ਆ ਕੇ ਸਿਰ ਦੇ ਉੱਤੇ ਹੀ ਉਛਲੇ ਇਹ ਵੀ ਸਹੀ ਨਹੀਂ ਨਾ ਸ਼ੁਕਰੀਏ ਉਹ ਕੋਈ ਆ ਕੇ ਰੱਖ ਦੇਵੇ ਜਾਂ ਕੋਈ ਦੇ ਦੇਵੇ ਕੋਈ ਹਰਜ ਨਹੀਂ

ਮੈਂ ਕਿਹੜਾ ਬੰਦਾ ਸਿਰ ਤੇ ਆ ਕੇ ਸੱਟੇ ਤੇ ਘੋਲੇ ਉਹ ਕੋ ਜ਼ਰੂਰ ਸਮਝਨੇ ਭਵੇਂ ਉਹਦੀ ਦਿਲ ਹਜ਼ਾਰੀ ਥੀ ਉਹ ਕੋਈ ਆ ਕੇ ਰੱਖ ਰਵੇ ਅਸਨ ਕੋ ਨਹੀਂ ਸੱਜਾ ਕੋ ਅੱਲਾਹ ਸੇ ਭੇਜੇ ਇਹ ਮੈਂ ਸਮਝੋ ਅੱਲਾਹ ਵੱਲੋਂ ਰਹਿਮਤ ਹੈ। ਕੀ ਖਿਆਲ ਹੈ? ਹਾਂ ਹੁਣ ਕਦੇ ਹੀ ਨਾ ਆਪੇ ਉਠਾ ਹੈ ਮਤਾਂ ਕਿਆ ਮਤਾਂ ਆਪ ਹੋਰੇ। ਮੈਂ ਇੱਕ ਨੀ ਮਾਰ ਜਲਸਾ ਕਰਕੇ ਨਿਕਲਣ ਲੱਗਾ ਇੱਕ ਬੰਦਾ ਰਸਤੇ 'ਚ ਮੈਂ ਕੋਈ ਮੈਂ ਹੱਥ 'ਚ ਕਛੜ ਦਿੱਤੀ ਇਸ ਮੈਂ ਦਿੱਥੇ ਹਜ਼ਾਰ ਰੁਪਿਆ। ਤੇ ਮੈਂ ਕਿਹਾ ਚਾਚਾ ਖੈਰ ਹੈ ਕਿ ਅਸੀਂ ਉੱਥਾ ਡਰਦੇ ਆਂ ਦੇਵਣਦੇ ਆਂ ਤੇ ਤੂੰ ਬੇਸਤਾ ਕਰ ਦੇਨੇ। بالیں کرن تے ہونی میں کہ یہ گل اللہ کرے تیڑے علی ساری کو سم جا وے سلام کرنی اللہ کرے ہر کوئی کچے دے لیکن مشکل بھی ہو جائے تے پاکستان چلو اللہ توارے پیسے وچ برکت پاوے ساری خیر ہے ہر کم دی ابتدا کیڑی شینال میں تو کو دلائل دینا بیٹا کیڑا کوئی توڑا ٹائم ضائع کرنا بیٹا کسے کہانیاں سننی رننا بیٹا پیغمبر علیہ السلام دی حدیث سننا بیٹا